ਸਾਡੀ ਜਦ
ਦੇ ਮੀਆਂ ਮਰਾਰ ਦਾ ਸਭ ਤੋਂ ਸਪੌਂਸਰ ਹਾਜ਼ਰ 500 ਰੁਪਇਆ ਮੀਆਂ ਮਰਾਰ ਦਾ ਸਭ ਤੋਂ ਮਹੱਤਵ ਸ਼ੁਕਰੀਆ। ਇੱਧਰੋਂ ਫਿਰ ਪਾਏਗਾ ਕਬੱਡੀ ਵਿੱਚ ਮੈਦਾਨੇ ਸਫਰਾਨ ਸੱਤ ਇੱਥੇ 107 ਦੀ ਧਰਤੀ ਆਓ ਦੇਖ ਮੇਰੇ ਹਰੋ ਆਓ ਨਿਕਲ ਦੋ ਨੰਬਰ ਤੋਂ ਉਹ ਬਿਲਕੁਲ ਨਿਊ ਐਂਟਰੀ ਕਬੱਡੀ ਦੇ ਵਿੱਚ ਆ ਸਕਦੇ ਆਓ ਬੱਲੇ 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 ਕਬੱਡੀ ਵਿੱਚ ਮੈਦਾਨੇ ਇਸ ਸਮੇਂ ਆਓ ਆਓ ਪੱਲੇ ਪੱਲੇ ਆਓ ਦੇਖ ਹਰੋਣ ਬੱਚੇ ਹਰੋਣ ਬੱਚੇ ਹਰੋਣ ਬੱਚੇ ਆਓ ਹਾਏ 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 ਆਓ ਤਾੜੀ ਮਾਰੋ ਇੱਕ ਪੁਆਇੰਟ ਹੋਰ ਮੇਰੇ ਹਮਦੇ ਨੇ ਆਪਣੀ ਟੀਮ ਦੇ ਸਜਾ ਰਿਹਾ ਆਹ 207 ਦੀ ਧਰਤੀ ਦੋਸਤੋ ਆਹ ਆ ਗਿਆ ਪੰਡਾ ਫਿਰ ਵਿੱਚ ਮੈਦਾਨੇ ਮਸਤ ਕਬੱਡੀ ਕਲੱਬ 213 ਬੰਨਾ ਤੇ ਤੈਨੂੰ ਕਬੱਡੀ ਦੀ ਚਾਰ ਸਾਰੀ ਤਾੜੀ ਮਾਰੋ ਆਓ ਦੇਖ ਲੱਗਾ ਜੀ ਖੀਰਲੇ ਚੜਦਾ ਸ਼ੇਰ ਦੇ ਸਾਫਾ ਚੜਦਾ ਯਾਰ ਕਲਾਲ ਛੱਤ 207 ਅੱਜ ਆਪਣੀ ਧਰਤੀ ਆ ਗਏ ਫਾਸਲ ਮਲਕ ਹੈ ਕਬੱਡੀ ਸਦਕੇ
ਮੀਆਂ ਇਮਰਾਨ ਗੌਸ ਸਾਹਿਬ ਫੂਡ ਇੰਸਪੈਕਟਰ ਛਿਣਾ ਵੱਲੋਂ ਇਸ ਸਾਥੀ ਦੇ ਨਾਮ ਵਧੀਆ ਜੱਥਾ ਮਾਰਿਆ ਵੈਲ ਡਨ ਸ਼ੁਕਰਬਾਦ ਔਰ ਹਾਫਤ ਮਹਿਜਾਜ ਸਾਹਿਬ ਔਰ ਇੱਕ ਇਹ ਸਦਕੇ ਉੱਪਰੋਂ ਬਲਾਲ ਜੱਟ ਇਹ ਵੇਖ ਕਰਦਾ ਇਹ ਕਮੀਆਂ ਪੂਰੀਆਂ ਪੁਆਇੰਟ ਆਪਣੀ ਟੀਮ ਦੇ ਸਿਰ ਦੇ ਬਲਾਲ ਜੱਟ ਇੱਧਰ ਮੈਂ ਜੀ ਅਗਰ ਕਬੱਡੀ ਦੀ ਚਾਂਸ ਸਹੀ ਹੈ ਕਰਦੇ ਰੱਬ ਨੇ ਲਾਣੇ ਇੱਕ ਵਾਰੀ ਤਾਰੀ ਮਾਰੋ ਦੋਨਾਂ ਦੀਆਂ ਵਾਸਤੇ ਆਲੇ ਮੰਡੀਲਾ ਦੇ ਵਕੀਲ ਸੈਯਦ ਬਹਾਰ ਸ਼ਾਹ ਸਰਕਾਰ ਜਿਨ੍ਹਾਂ ਦੇ ਉਸ ਮੁਬਾਰਕ ਤੇ ਪਿਆਰ ਪੰਜਾਬੀਆਂ ਦੀ ਮਾਂ ਬੋਲ ਖੇਡ ਕਬੱਡੀ ਦਾ ਇੱਥੋਂ ਫਿਰ ਪੰਜਾਬੀ ਕਬੱਡੀ ਸਫਿਆਰ ਜੱਟ 207 ਦੀ ਧਾਗਾ ਦੀ ਧਰਤੀ ਉਹ ਦੇਖੋ ਸਾਕਬ ਜੱਟ ਦਾ ਕਹਿੰਦੇ ਵੀਰ ਉਹ ਕੌਣ ਸਫਿਆਰ ਜੱਟ ਦਾ ਬਾਬੂ ਰਾਜਾ ਇਸ ਸਮੇਂ 213 ਦੀ ਧਰਤੀ ਚਾਰ ਚਾਪੀ ਮੋਹਰੇ ਇੱਕ ਨੀ ਤੈਯਬ ਆਓ ਦੇਖ ਲਗਾਈ ਏਕਮ ਆਹ ਪਿੰਡ 366 ਕਣੀਆਂ ਵਾਲੀ ਜੰਡਾ ਦੇਗਾ ਸਿਰ ਤੇ ਲਗਾਈ ਜ਼ਬਾਰ ਏਕਮ ਪਾਕਿਸਤਾਨ ਆਰਮੀ ਆਓ ਪੱਲੇ 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 ਆਹ ਤਾਰੀ ਮਾਰੋ ਬਈ ਵਾਸਤੇ ਆਹ ਮਾਰੀ ਪੱਤਾ ਦੇ ਥਾਪੇ ਵਾਦਾ ਆ ਗਿਆ ਵਿੱਚ ਮੈਦਾਨੇ ਮੀਆਂ ਹਮਜ਼ਾ ਇਸ ਸਮੇਂ 207 ਦੀ ਧਰਤੀ ਕਿਹੜਾ ਹੋਊਗੀ ਟੱਕਰ ਕਿਹੜਾ ਕਰੇਗਾ ਕਮਾਲ ਕਿਹੜਾ ਕਰਾਏਗਾ ਪੱਲੇ ਪੱਲੇ ਇਹ ਸਦਕੇ ਡਬਲ ਟੱਚ ਇਹ ਤੰਗ ਹੋਰ ਮਲਕ ਵਿੱਚ ਮੈਦਾਨੇ ਮੇਰੇ ਬਲਾਲ ਚੱਟ ਪੂਰਾ ਪਿਆਰ ਕਰ ਜਾਤੀ ਦੂਸਰੀ ਕੰਨੀ ਤੈਯਬ ਚੱਟ ਨਾਲ ਅਲੀ ਕਿੰਗ ਔਰ ਨਾਲ ਕਹਿੰਦੇ ਰਾਣਾ ਜ਼ਬੈਰ ਉਹ ਵੇਖ ਲੈ ਕਈ ਬਲਾਲ ਚੱਟ ਪੱਲੇ ਪੱਲੇ ਇੱਕ ਬੰਨੇ ਫੈਸਲ ਮਲਕ ਇੱਕ ਬੰਨੇ ਬਲਾਲ ਚੱਟ ਇਸ ਨੂੰ ਵੇਖ ਗਿਆ ਪੁਆਇੰਟ ਕਿਹੜੇ ਹਿੱਸੇ ਜੋੜਦਾ ਸਦਕੇ ਦੇਖ ਪੂਰੀ ਮੁੰਡਾ ਘੱਟ ਵੱਧ ਕਰਦਾ ਹੈ ਪੁਆਇੰਟ ਫੈਸਲ ਮਲਕ ਦਾ ਸ਼ਾਦੀ ਕੁੱਚਰ ਇਸ ਪੁਆਇੰਟ ਨੇ ਤਾਰੀ ਜ਼ਰੂਰ ਮਾਰਾਂਗੇ ਇੱਧਰੋਂ ਫਿਰ ਆਏਗਾ ਕਬੱਡੀ ਵਿੱਚ ਮੈਦਾਨੇ ਇਸ ਸਮੇਂ ਚਾਰ ਜਾਤੀਆਂ ਦੇ ਕੀਤਾ ਹਮਲਾ ਚੱਲ ਵੀ ਆ ਗਿਆ ਮੁੰਡਾ ਫਿਰ ਸਫਿਆਨ ਛੱਟ ਪਹਿਲੇ ਕਬੱਡੀ ਉਹ ਦੇਖ ਕੇ ਕਾ ਪੱਟਿਆ ਆਏ ਹਾਏ ਫਿਰ ਸਾਨੂੰ ਕਿਧਰ ਰਾਜ ਵੇਲੇ ਕਿਧਰ ਮੁੰਡਾ ਕਮਾਲਾ ਕਰਦਾ ਹੈ ਬਿਲਕੁਲ ਤੇ ਪਹਿਲਾ ਇਹ ਮੁੰਡਾ ਬਾਹਰ ਇਸ ਕਦੂ ਦਾ ਸਾਜਨ ਸਾਰ ਕਿੱਧਰ ਦਾ ਸਟਿਰਤ ਹੈ ਵਕਾਰ ਬੱਬਰ ਸ਼ੇਰ ਇੱਧਰੋਂ ਫਿਰ ਕਹਿੰਦੇ ਕਬੱਡਰ ਬਣਾ ਫੈਸਲ ਮਲਕ ਫਰੋਗ ਜਾਤੀ ਜੀ ਫਰੋਗ ਜਾਤ ਜੀ ਨੌ ਦਸ ਦਸ ਜਾਤ ਦਾ ਦਮਾ ਹੋ ਗਿਆ ਬਹੁਤ ਫੋਰ ਪਾਈ ਦਾ ਕਬੱਡੀ ਆਮ ਮੀਆਂ ਹਮਜ਼ਾ ਆ ਮੇਰੇ ਕਹਿੰਦੇ ਇਸ ਨੇ ਚਾਰ ਜਾਤੀ ਤੇ ਆ ਲੱਗਣ ਸ਼ਾਨੀ ਕੁੱਜਾ ਸ਼ਾਨੀ ਕੁੱਜਰ ਤੇ ਮੀਆਂ ਹਮਜ਼ਾ ਦੂਸਰਾ ਸੁਪਰ ਸਮੂਹ ਫਾਇਦਾ ਪਹਿਲਾ ਮੈਚ ਚੱਲ ਰਿਹਾ ਹੈ ਪਹਿਲੀ ਕਬੱਡੀ ਦਾ ਜਿਹੜਾ ਰਿਪੋਰਟ ਵੀ ਬਾਬੂ ਰਾਜੀ ਆਹ ਵੇਖ ਲੈ ਗਈ ਬਲਾਲ ਜੱਟ ਆਹ ਸਭ ਤੋਂ ਬਾਬੂ ਰਾਜਾ ਇੱਕ ਬੰਨੇ ਬਲਾਲ ਜੱਟ ਬਲਾਲ ਜੱਟ ਬਲਾਲ ਜੱਟ ਕਬੱਡੀ ਅਲੀ ਸ਼ੇਰ ਚੱਠਾ ਵਿੱਚ ਮੈਦਾਨੇ ਚਾਰ ਸਟਾਪਰ ਮੋਹਰੇ ਪਿਆਰ ਦਾ ਪਿਆਰ ਅਲੀ ਸ਼ੇਰ ਚੱਠੇ ਦੀ ਪਈ ਹੋਈ ਕਬੱਡੀ ਕਿਧਰ ਹੋਊਗੀ ਟੱਕਰ ਆਹ ਫਿਰ ਲੱਗੇ ਕੰਨੀ ਵਾਲਾ ਜਾਤੀ ਸਾਥ ਦੀ ਟੀਮਾਂ ਹੁਣ ਲਾਉਂਦੇ ਲਓ
ਉਸਤਾਦ ਸਾਹਿਬ ਜੀ ਪੂਰਨਾ ਗਰਾਊਂਡ ਲਿਆ ਪੁਆਇੰਟ 207 ਔਰ 15 ਪੁਆਇੰਟ ਮਸਤ ਕਬੱਡੀ ਕਲੱਬ ਇੱਕ ਵਾਰੀ ਤਾੜੀ ਮਾਰੇ ਤਾੜੀ ਬਾਕੀ ਸਾਰਿਆਂ ਦਾ ਚੱਲ ਵੀ ਆ ਗਿਆ ਮੁੰਡਾ ਫਿਰ ਵਿੱਚ ਮੈਦਾਨੇ ਬਾਬੇ ਰਮਦਾਨ ਗੁਰਦਰ ਸ਼ਕੁਰ ਦੇ ਸਾਜ ਅਨੁਸਾਰ ਕੁਝ ਦੀਆਂ ਤਿਆਰੀਆਂ ਦਾ ਮੇਨ ਦਾ ਮਸਤ ਕਬੱਡੀ ਕਲੱਬ ਹੈ ਔਰ 213 ਦੀ ਧਰਤੀ ਉੱਤੇ ਇੱਕ ਜੱਟ ਸਾਪਾ ਜੱਟ ਦਾ ਸ਼ਕੁਰ ਹੈ ਔਰ ਬੱਲੇ 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 ਸ਼ੋਰ ਲਗਾਈ ਇੱਕ ਬੰਦੇ ਫੈਸਲ ਮਲਕ ਦੂਸਰੇ ਬੰਦੇ ਆਏ ਹੈ ਸਦਕੇ ਤਾੜੀ ਮਾਰੇ ਮਲਕ ਵਾਸਤੇ ਆ ਪੁਆਇੰਟ ਮਲਕ ਦਾ ਚਾਰ ਜਾਤੀਆਂ
ਦੇ ਚੂਟਾ ਹਮਲਾ ਮੀਆਂ ਹਮਜ਼ਾ ਇਹ 207 ਆਏ ਬੰਦੇ ਸ਼ਾਨੀ ਗੁੱਜਰ ਸਦਕੇ ਇੱਕ ਬੰਦੇ ਮੀਆਂ ਹਮਜ਼ਾ ਇੱਕ ਬੰਦੇ ਸ਼ਾਨੀ ਗੁੱਜਰ ਹਮਜ਼ਾ ਦੇ ਸ਼ਾਨੀ ਗੁੱਜਰ ਹਮਜ਼ਾ ਦੇ ਸ਼ਾਨੀ ਗੁੱਜਰ ਇਸ ਪਾਲ ਲਈ ਤਾਰੀ ਜ਼ਰੂਰ ਕਰਾਉਂਦੇ ਆ ਗਏ ਮਿਹਰਬਾਨੀ 202-43 ਆਖਰੀ ਐਲਾਨ ਦੋਨਾਂ ਟੀਮਾਂ ਵਾਸਤੇ ਆਓ ਜੀ ਉਸਤਾਦ ਸਾਹਿਬਾ ਜੀ ਸਾਰਾ ਬੰਦਾ ਕਿੰਨੀ ਚਿੱਟੀ ਲੈਣ ਤੇ ਅੱਗੇ ਦੱਸੋ ਪਲੇਅਰ ਯਾਰ ਕੀ ਕਰ ਰਹੇ ਆ ਆ ਕਰ ਲਓ ਬੰਦੇ ਵਕਾਰ ਭਾਈ ਆ ਬੰਦੇ ਬਾਹਰ ਕੱਢੋ ਯਾਰ ਕਰ ਲਈ ਸਾਹ ਤੇ ਨਾ ਰੇਡਰ ਨੂੰ ਸਮਝ ਲਓ ਕਿ ਲੈਣ ਪੁੱਛਣੀ ਕਿਹੜੀ ਦਾ ਜਾਤੀ ਲੱਗੀ ਸਮਝ ਫਿਰ ਕੋਈ ਨਹੀਂ ਕਬੱਡੀ ਵਿੱਚ ਬਣਾਉਂਦੇ ਸਫਿਆਨ ਚੱਟ ਮੋਰੇ ਇਸ ਸਮੇਂ ਵਕਾਰ ਗੁੱਜਰ ਤਿਆਰ ਕਰ ਤਿਆਰ ਆਓ ਦੇਖ ਬਿਲਕੁਲ ਨੀਓ ਮੁੰਡਾ ਪਰ ਪੁਆਇੰਟ ਦੇ ਲਈ ਬਾਹਰ ਹੈ ਬਣਾਈ ਜਾਵੇ।